ਸਤਿ ਸ਼੍ਰੀ ਅਕਾਲ ਭਾਈ ਜੀ, ਜਿੰਨੇ ਸਬਸਕ੍ਰਾਈਬਰ ਆ ਸਾਰੇ ਭਰਾਵਾਂ ਦਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਭਲਵਾਨ ਟਰੈਕਟਰ ਪਟਿਆਲਾ ਦੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਵੀਰੇ ਸਾਰਿਆਂ ਦਾ। ਆਪਣਾ ਕੰਮ ਦੇਖ ਕੇ ਕੰਮ ਹੋਰ ਭਰਾਵਾਂ ਦਾ ਆਇਆ। ਇਹ ਭਰਾ ਦਾ ਨਾ ਪਹਿਲਾਂ ਆਪਾਂ ਇੰਜਨ ਲਾਇਆ ਸੀ ਟਰੈਕਟਰ ਨੂੰ, 60 ਦਾ ਇੰਜਨ ਲਵਾਇਆ ਸੀ ਇਹਨੇ ਭਰਾ ਨੇ, ਅਤੇ ਪਾਵਰ ਸਟੀਅਰਿੰਗ ਕਰਿਆ ਸੀ ਟਰੈਕਟਰ। ਅਤੇ ਅੱਜ ਆਪਾਂ ਇਹ ਟਰੈਕਟਰ ਨੂੰ ਬ੍ਰੇਕਾਂ ਲਾਉਣ ਲੱਗੇ ਹਾਂ। ਇੰਜਨ ਦਿਖਾਉਣਾ, ਇਹਦੇ 'ਚ ਇੰਜਨ ਰੱਖਿਆ ਸੀ ਪਹਿਲਾਂ ਆਪਾਂ, ਅਤੇ ਹੁਣ ਇਸ ਬਾਈ ਦੇ ਪੈਰਦਾਨ ਕਿੱਟ ਵੀ ਆਪਾਂ ਪਹਿਲਾਂ ਲਾਈ ਸੀ, ਹਿੱਸਾ ਤਾਂ ਪੈਰਦਾਨ ਕਿੱਟ ਲਾਈ ਸੀ, ਅਤੇ ਹੁਣ ਇਹਦੀਆਂ ਬ੍ਰੇਕਾਂ ਭਾਅ ਜੀ ਡਿਸਕ ਕਰੀਆਂ ਟਰੈਕਟਰ ਦੀਆਂ, ਬ੍ਰੇਕਾਂ ਭਾਅ ਜੀ ਡਿਸਕ ਕਰੀਆਂ ਟਰੈਕਟਰ ਦੀਆਂ। ਇਹ ਭਰਾ ਆਪਣੇ ਜਲੰਧਰ ਸਾਈਡ ਭਰਾ ਸੀ ਆਪਣੇ, ਉਹਨਾਂ ਟਰੈਕਟਰ ਤਿਆਰ ਕਰਾਇਆ ਸੀਗਾ ਪਹਿਲਾਂ, ਉਹਨਾਂ ਨੇ ਬ੍ਰੇਕਾਂ ਸੁੱਕੀਆਂ ਲਵਾ ਲਈਆਂ ਸੀਗੀਆਂ ਟਰੈਕਟਰ। ਸਾਰੀਆਂ ਬ੍ਰੇਕਾਂ ਦਾ ਤਾਜ਼ਾ ਕੰਮ ਹੋਇਆ ਹੈ, ਬ੍ਰੇਕਾਂ ਦਾ ਇਹਨਾਂ ਦਾ ਵੀ। ਫਿਰ ਉਹ ਆਪਣੇ ਤੋਂ ਬ੍ਰੇਕਾਂ ਤੇਲ ਵਾਲੀਆਂ ਲਏ ਸੀਗੇ। ਇਹ ਬ੍ਰੇਕਾਂ ਇੱਕ ਆਪਣਾ ਮਿੱਤਰ ਉਹਦਾ ਟਰੈਕਟਰ ਆਇਆ ਆਪਣੇ ਕੋਲ ਤਿਆਰ ਹੋਣ ਵਾਸਤੇ, ਉਹਨੂੰ ਬ੍ਰੇਕਾਂ ਲਾਈਆਂ। ਅਤੇ ਆਪਾਂ ਦੱਸ ਦਈਏ ਵੀ ਕੀ ਬ੍ਰੇਕਾਂ ਦੇ ਵਿੱਚ ਆਪਾਂ ਨੂੰ ਚੇਂਜ ਕਰਨਾ ਪੈਂਦਾ, ਫੋਰਡ ਨੂੰ ਜਦੋਂ ਬ੍ਰੇਕਾਂ ਲਾਉਂਦੇ ਹਾਂ ਕੀ ਦਿੱਕਤਾਂ ਆ ਜਾਂਦੀਆਂ। ਹੁਣ ਤੁਹਾਨੂੰ ਮੈਂ ਦਿਖਾਉਣਾ ਇਹ ਹਾਂਡੀ ਇਹਦੀ ਚੇਂਜ ਕਰੀ ਹੈ ਆਪਾਂ। ਹਾਂਡੀ ਚੇਂਜ ਕਰਨ ਦਾ ਕੀ ਫਾਇਦਾ ਆਪਣਾ, ਮਤਲਬ ਆਪਾਂ ਨੂੰ ਦੱਸ ਦਿੰਦੇ ਹਾਂ ਕੀ ਲੋੜ ਪਈ ਹੈ ਹਾਂਡੀ ਚੇਂਜ ਕਰਨ ਦੀ। ਇਹ ਫਾਰਮ ਟਰੈਕ ਵਾਲੀ ਲਾਈ ਆ, ਫੋਰਡ ਦੀਆਂ ਹਾਂਡੀਆਂ ਨਾ ਥੱਲਿਓ ਕਈ ਵਾਰ ਨਾ ਜਿੱਥੇ ਇਹਨੂੰ ਹਾਂਡੀ ਕਹਿ ਦਿੰਦੇ ਹਾਂ ਅਸੀਂ, ਪਿੱਛੇ ਡਿਫੈਂਸ਼ਲ ਹਾਂਡੀ ਜਿਹੜੀ ਕਰੋਨ ਪੀਨੇ ਵਾਲੀ ਹਾਂਡੀ ਹੁੰਦੀ ਹੈ, ਇਹ ਫੋਰਡ ਦੀ ਜ਼ਿਆਦਾਤਰ ਇੱਥੋਂ ਨਾ ਅੰਦਰੋਂ ਟੁੱਟ ਜਾਂਦੀ ਹੁੰਦੀ ਜਿੱਥੋਂ ਪੀਨੇ ਵਾਲੀ ਜਗ੍ਹਾ ਹੁੰਦੀ ਹੈ। ਕਰੋਨ ਦਾ ਦੰਦਾ ਦਾਗੀ ਹੋ ਜਾਂਦਾ, ਆਪਾਂ ਗੌਰ ਕਰਦੇ ਨਹੀਂ ਟਰੈਕਟਰ ਚਲਾਈ ਜਾਂਦੇ ਹਾਂ, ਅਤੇ ਉਹ ਤੁਹਾਨੂੰ ਦਿਖਾਉਣਾ ਇਹਦੀ ਟਰੈਕਟਰ ਦੀ ਹਾਂਡੀ ਟੁੱਟੀ ਹੋਈ ਸੀ। ਹੁਣ ਆ ਸਕਰੈਪ 'ਚ ਹਾਂਡੀ ਭੇਜਣ ਲੱਗੇ ਹਾਂ, ਉਹ ਦੇਖੋ। ਕਈ ਵਾਰ ਵੈਲਡਿੰਗ ਵੀ ਕਈ ਭਰਾ ਕਰਾ ਲੈਂਦੇ, ਪਰ ਆਪਾਂ ਨਹੀਂ ਵੈਲਡਿੰਗ ਨੂੰ ਪ੍ਰੈਫਰ ਕਰੀਦਾ, ਕਿਉਂ ਆ ਪਿੱਛੋਂ ਇਹਦਾ ਨੱਕ ਜਾਂ ਅੱਗਿਓਂ ਟੁੱਟ ਜਾਂਦਾ ਹੁੰਦਾ ਕਰਾਉਣ ਵਾਲੀ ਜਗ੍ਹਾ। ਇਹ 91 ਮਾਡਲ ਟਰੈਕਟਰ ਸੀਗਾ, ਸਾਰੇ 91 ਦੇ ਮਾਰ ਕੇ ਇਹਦੇ, ਆਹ ਦੇਖ ਸਕਦੇ ਹਾਂ। ਅਤੇ ਹੁਣ ਇਹਦੀ ਹਾਂਡੀ 60 ਵਾਲੀ ਪਾਉਣੀ ਪੈ ਗਈ ਆਪਾਂ ਨੂੰ, ਜਿਹੜਾ ਟਰੈਕਟਰ ਤਿਆਰ ਕਰਦੇ ਹਾਂ। ਟਰੈਕਟਰ 3-4 ਹੋਰ ਆਏ ਹੋਏ ਆ, ਉਹਨਾਂ ਦੀ ਵੀ ਤੁਹਾਨੂੰ ਸਾਰੀ ਡਿਟੇਲ ਦਿੰਦੇ ਹਾਂ। ਇਹ ਟਰੈਕਟਰ ਦੀਆਂ ਬ੍ਰੇਕਾਂ ਕਰੀਆਂ, ਬ੍ਰੇਕਾਂ ਦਾ ਸਾਰਾ ਕੰਮ ਖੋਲ੍ਹ ਕੇ ਬ੍ਰੇਕਾਂ ਦੇ ਇੱਥੋਂ ਭਰਾ ਲੈ ਜਾਂਦੇ ਆ ਭਾਈ, ਜਾ ਕੇ ਇਹਨਾਂ ਨੂੰ ਹੱਥ ਪੱਲਾ ਮਾਰਨਾ ਪੈਂਦਾ ਹੁੰਦਾ, ਅਤੇ ਜਾ ਕੇ ਇਸ ਤਰ੍ਹਾਂ ਨਹੀਂ ਬ੍ਰੇਕਾਂ ਲੱਗ ਜਾਂਦੀਆਂ। ਇਹ ਸਾਰਾ ਡਿਟੇਲ 'ਚ ਇਹਦੇ ਇਕੱਲਾ ਇਕੱਲਾ ਸਮਾਨ, ਕਰਾਉਣ ਪੀਨੀਆਂ ਦੇ 2.5 ਸਪੀਡ ਕਰਿਆ ਆਪਾਂ, 7 ਦਿੰਦਿਆਂ ਵਾਲਾ ਕਰਾਉਣ ਪੀਨੀਆਂ ਨੂੰ ਪਾਇਆ, ਹੁਣ ਫਿੱਟ ਕਰਤਾ ਨਹੀਂ, ਤੁਹਾਨੂੰ ਉਹ ਵੀ ਦਿਖਾਉਣਾ ਸੀ। ਟੱਪ ਇਹਨੂੰ ਆਪਾਂ ਲਿਫਟ ਹੈਵੀ ਕਰਤੀ ਹੈ ਹੁਣ, ਆਹ ਤੁਸੀਂ ਦੇਖਿਆ ਹੋਣਾ ਟੱਪ, ਜਿਹਨਾਂ ਭਰਾਵਾਂ ਨੇ ਐਰਕੀ ਸੁਪਰ ਸੀਡਰ ਰੱਖੇ ਆ, ਆਹ ਡਿਸਟ੍ਰੀਬਿਊਟਰ ਫੋਰਡ ਨਾਲੋਂ ਵੱਡਾ ਆ ਗਿਆ। ਇਹ ਜੇ ਕਰਨਾ ਤਾਂ ਆਪਾਂ ਉਸ ਟਾਪੇ 'ਤੇ ਵੀ ਲੱਗ ਜਾਂਦਾ, ਜੇ ਸਾਰੀ ਲਿਫਟ ਚੇਂਜ ਕਰਨੀ ਹੈ ਤਾਂ ਸਾਰੀ ਲਿਫਟ ਵੀ ਚੇਂਜ ਹੋ ਜਾਂਦੀ ਆ। ਭਰਾ ਕਹਿੰਦੇ ਹੁੰਦੇ ਆ ਰੇਟ ਨਾਲ ਡਿਟੇਲ ਦੇ, ਅਗਰ ਉਹ ਰੇਟ ਬਾਈ ਜੀ ਪੁਰਾਣੇ ਸਕਵਾਨ ਦਾ ਰੇਟ ਕਦੇ ਵੀ ਇੱਕ ਨਹੀਂ ਹੁੰਦਾ, ਅੰਦਾਜ਼ੇ ਹੁੰਦੇ ਆ, ਕੋਈ 20,000 ਦੀ ਵੀ ਲਿਫਟ ਆ, 18,000 ਦੀ ਵੀ, ਕੰਡੀਸ਼ਨ ਦੇ ਹਿਸਾਬ ਨਾਲ ਚੀਜ਼ਾਂ ਦੇ ਰੇਟ ਹੋ ਜਾਂਦੇ ਆ। ਜਿਵੇਂ ਹੁਣ ਆ ਬ੍ਰੇਕਾਂ 20,000 ਤੋਂ ਸਟਾਰਟ ਆ, ਅੱਗੇ ਕੰਡੀਸ਼ਨ ਦਾ ਰੇਟ ਆ, ਜਿਹੋ ਜਿਹੀ ਕੰਡੀਸ਼ਨ ਦਾ ਆਪਾਂ ਸਮਾਨ ਲਈ ਜਾਵਾਂਗੇ, ਕਈ ਵਾਰਾਂ ਵਿੱਚੋਂ ਸਮਾਨ ਹੀ ਸਾਰਾ ਸਕਰੈਪ ਨਿਕਲ ਆਉਂਦਾ ਤਾਂ ਉੱਪਰ ਪੈਸੇ ਬਹੁਤ ਲੱਗ ਜਾਂਦੇ। ਆਪਾਂ ਪਹਿਲਾਂ ਰੇਟ ਘੱਟ ਲਾਏ ਦਾ ਕੀ ਫਾਇਦਾ ਜਦੋਂ ਬਾਅਦ 'ਚੋਂ ਜਾ ਕੇ ਪੈਸੇ ਦੁੱਗਣੇ ਲੱਗ ਜਾਂਦੇ ਉੱਪਰ। ਇਸ ਕਰਕੇ ਆਪਾਂ ਵੀ ਬਾਜ਼ਾਰ 'ਚੋਂ ਚੀਜ਼ ਲਈ ਦੀ ਆ ਤਾਂ ਪੂਰੀ ਦੇਖ ਕੇ ਸਮਾਨ ਅਸੀਂ ਸਾਫ ਲਈਦਾ, ਭਾਵੇਂ ਰੇਟ 2 ਪੈਸੇ ਸਾਨੂੰ ਵੱਧ ਲਾਉਣੇ ਪੈ ਜਾਣ, ਅਤੇ ਸਾਡੇ ਸਮਾਨ ਦੇ ਉੱਪਰ ਪੈਸਾ ਨਹੀਂ ਵੱਧ ਲੱਗੂਗਾ ਜਾ ਕੇ ਕਸਟਮਰ ਦਾ। ਸਾਡੀ ਪਹਿਲ ਇਹੀ ਹੁੰਦੀ ਆ ਵੀ ਸਮਾਨ ਪੂਰਾ ਸਾਫ ਲਿਆ ਜਾਵੇ। ਹੁਣ ਇਹਦੇ ਐਕਸਲ ਵੱਡੇ ਆ, ਇਹ ਟਰੈਕਟਰ ਪਹਿਲਾਂ ਤਿਆਰ ਹੋਇਆ ਸੀਗਾ, ਇਹ ਟਿਊਬਾਂ ਜਿਹੜਾ ਟਰੈਕਟਰ ਜਲੰਧਰ ਵੱਲ ਤਿਆਰ ਹੋਇਆ ਸੀ, ਪੂਰਾ ਟਰੈਕਟਰ ਸਾਰਾ ਮੋਡੀਫਾਈ ਹੋਇਆ ਸੀ। ਉਹਨਾਂ ਭਰਾਵਾਂ ਨੇ ਫਿਰ ਬ੍ਰੇਕਾਂ ਤੇਲ ਵਾਲੀਆਂ ਲਾ ਲਈਆਂ, ਅਤੇ ਤੇਲ ਬ੍ਰੇਕਾਂ ਆਪਾਂ ਨੂੰ ਕਟਾ ਗਏ ਸੀਗੇ ਵਿੱਚ, ਅਤੇ ਇਸ ਕਰਕੇ ਬਾਕੀ ਆਪਣਾ ਆਪਣਾ ਬਜਟ ਆ। ਕਿਸੇ ਭਰਾ ਨੇ ਤੇਲ ਵਾਲੀਆਂ ਕਰਾਉਣੀਆਂ, ਕਿਸੇ ਨੇ ਆ ਐਕਸਲ, ਇਹਦੇ ਵੱਡੇ ਆ। ਹੁਣ ਇਹਦੇ 'ਚ ਆਪਾਂ ਨੂੰ ਇਹਦੇ ਪਲੇਟਾਂ ਵੀ ਬਦਲਣੀਆਂ ਪੈਣੀਆਂ ਰਿੰਮਾਂ ਦੀਆਂ, ਜਿਹੜੀਆਂ ਆਮ ਜਿਹੜੀਆਂ 60 ਦੀਆਂ ਬ੍ਰੇਕਾਂ ਹੁੰਦੀਆਂ ਉਹਨਾਂ ਦੇ ਐਕਸਲ ਛੋਟੇ ਹੁੰਦੇ ਆ। ਅੰਦਰੋਂ ਤੁਹਾਨੂੰ ਦਿਖਾ ਦਿੰਦੇ ਹਾਂ ਤੇਲ ਵਾਲੀਆਂ ਸੁੱਕੀਆਂ ਦੇ ਵਿੱਚ ਕੀ ਫਰਕ ਹੁੰਦਾ, ਇਹਨਾਂ ਦੇ ਵਿੱਚ ਲੈਦਰ ਸਾਰੇ ਸੁੱਕੇ ਚੱਲਦੇ ਆ। ਹੁਣ ਕੀ ਕਹਿੰਦੇ ਆ ਭਰਾ ਵੀ ਆਪਾਂ ਇਕੱਲੇ ਢੋਲ ਬਦਲ ਲਈਏ, ਇਕੱਲੇ ਢੋਲ ਬਾਈ ਜੀ ਉਹ ਗੱਲ ਨਹੀਂ ਬਣਦੀ, ਘੱਟ ਵੱਟ ਅੰਦਰੋਂ ਬਹੁਤ ਕਰਨੀ ਪੈ ਜਾਂਦੀ ਆ। ਅਤੇ ਮੈਂ ਜਿੰਨੇ ਵੀ ਭਰਾਵਾਂ ਨੇ ਦੇਖੇ ਆ ਕਰਾਏ ਤੇਲ ਬ੍ਰੇਕ, ਉਹਨਾਂ ਨੇ ਦੁਬਾਰਾ ਚੇਂਜ ਕਰਾ ਕੇ ਤੇਲ ਬ੍ਰੇਕ ਰੀਨਲੀ ਲਵਾਈਆਂ ਨੇ, ਕਿਸੇ ਦੇ ਵੀ ਕਾਮਯਾਬ ਨਹੀਂ ਹੋਈ ਇਹ ਚੀਜ਼, ਜਿਹੜੀ ਆਪਾਂ ਘੱਟ ਵੱਢ ਕਰਕੇ ਤੇਲ ਬ੍ਰੇਕ ਕਰਾ ਲੈਂਦੇ ਹਾਂ। ਸੋ ਆਪਣਾ ਪਹਿਲਾਂ ਹੀ ਭਰਾ ਦੇਖ ਕੇ ਪੈਸੇ ਲਾਓ, ਰੋਜ਼ ਰੋਜ਼ ਪੈਸਾ ਨਹੀਂ ਲੱਗਦਾ ਚੀਜ਼ ਦੇ ਉੱਪਰ। ਆ ਢੋਲ ਵੱਢ ਕੇ ਵਿੱਚੋਂ ਡਿਸਕਾਂ ਤੇਲ ਬ੍ਰੇਕਾਂ ਵਾਲੀਆਂ ਪਾ ਦਿੰਦੇ ਆ, ਪਰ ਹਾਲ ਹਾਲੇ ਕਿਸੇ ਦਾ ਵੀ ਇਹ ਚੀਜ਼ ਕਾਮਯਾਬ ਨਹੀਂ ਹੋਈ। ਆ ਡਿਸਕਾਂ ਤੁਹਾਨੂੰ ਦਿਖਾਉਣਾ ਇਹਦੀਆਂ ਪਈਆਂ, ਕਹਿੰਦੇ ਆ ਵੀ ਤੇਲ ਬ੍ਰੇਕਾਂ ਦੇ ਵਿੱਚ ਅਤੇ ਸੁੱਕੀਆਂ ਦੇ ਬ੍ਰੇਕਾਂ ਦੇ ਵਿੱਚ ਕੀ ਫਰਕ ਹੁੰਦਾ। ਆ ਡਿਸਕਾਂ ਸੁੱਕੀਆਂ ਬ੍ਰੇਕਾਂ ਦੀਆਂ, ਤੇਲ ਬ੍ਰੇਕਾਂ ਦੇ ਵਿੱਚ ਡਿਸਕਾਂ ਦਾ ਫਰਕ ਹੋ ਜਾਂਦਾ, ਸਾਰੇ ਸਮਾਨ ਦਾ ਅੰਦਰਲੇ ਦਾ ਫਰਕ ਹੁੰਦਾ। ਹੁਣ ਕਈ ਖਰਚੇ ਆਪਾਂ ਗਿਣੇ ਨਹੀਂ ਹੁੰਦੇ, ਜਿਹੜੇ ਖਰਚੇ ਵੱਧ ਜਾਂਦੇ ਆ, ਜਿਵੇਂ ਹੁਣ ਹਾਂਡੀ ਦਾ ਖਰਚਾ ਭਰਾ ਨੂੰ ਵੱਧ ਪੈ ਗਿਆ, ਇਹ ਹਾਂਡੀ ਟੁੱਟੀ ਨਿਕਲ ਆਈ। ਕਰਾਉਣ ਪੀਨੀਅਨ ਸਾਨੂੰ ਆਸ ਸੀ ਵੀ ਇਹਦੀ ਸਟਾਰ ਬਾਡੀ ਜਿਹੜੀ ਆ, ਕਈ ਵਾਰ ਆਪਾਂ ਪਹਿਲਾਂ ਵੀਡੀਓ 'ਚ ਗੱਲ ਕਰੀ ਆ ਵੀ ਨਹੀਂ ਬਦਲਣੀ ਪੈਂਦੀ, 91 ਮਾਡਲ ਟਰੈਕਟਰ ਸੀਗਾ, ਫਿਰ ਵੀ ਇਹਦੀ ਬਦਲਣੀ ਪੈ ਗਈ ਸਾਨੂੰ। ਅਤੇ ਇਹ ਚੀਜ਼ਾਂ ਦੇ ਖਰਚੇ ਆਪਾਂ ਕਦੇ ਕਾਊਂਟ ਨਹੀਂ ਕਰੇ ਹੁੰਦੇ, ਜਿਹੜੇ ਵੱਧ ਜਾਂਦੇ ਆ। ਆਪਾਂ ਸਮਾਨ ਰੀਨਲ ਹੀ ਪਾਈ ਆ, ਸਟਾਰ ਬਾਡੀ ਦਾ ਬੈਰਿੰਗ ਸਾਈਜ਼ ਵੀ ਬਣ ਜਾਂਦਾ, ਪਰ ਅਸੀਂ ਸਟਾਰ ਬਾਡੀ ਚੇਂਜ ਹੀ ਕਰਤੀ ਆ, ਰੀਨਲ
30215 ਹੁੰਦਾ, ਉਹਦਾ 2985 ਹੁੰਦਾ ਜਿਹੜਾ ਫੋਰਡ ਹੁੰਦਾ। ਇਸ ਕਰਕੇ ਬੈਰਿੰਗ ਸੀਟ ਇਹਦੀ, ਜਿਹੜੇ ਤਾਂ ਉੱਚੇ ਮਾਲ ਟਰੈਕਟਰ ਆਏ ਆ ਫੋਰਡ, ਉਹਨਾਂ 'ਚ ਤਾਂ ਸੇਮ ਟਿਊਬਾਂ ਫਿੱਟ ਆ ਜਾਂਦੀਆਂ 60 ਵਾਲੀਆਂ। ਜਿਹੜੇ ਪਹਿਲੇ ਮਾਲ ਟਰੈਕਟਰ ਨੇ ਸਟਾਰ ਬਾਡੀ ਬਦਲਣੀ ਪੈ ਜਾਂਦੀ ਆ। ਬਾਕੀ ਇੱਕ ਸੋਨਾਲੀਕਾ ਆਇਆ, ਉਹਨੂੰ ਤੁਹਾਨੂੰ ਦਿਖਾਉਣਾ ਕਿਸੇ ਭਰਾ ਦਾ ਟਰੈਕਟਰ ਆ ਉਹ ਵੀ। ਆਹ ਭਾਅ ਜੀ ਜਿਹੜਾ ਟਰੈਕਟਰ ਦੇਖ ਰਹੇ ਤੁਸੀਂ ਸੋਨਾਲੀਕਾ, ਇਹ ਭਰਾ ਆਪਣੇ ਮੋਹਾਲੀ ਸਾਈਡ ਤੋਂ ਆਏ ਆ, ਕਿਸੇ ਫੈਕਟਰੀ ਦਾ ਟਰੈਕਟਰ ਆ। ਉਹ ਬਾਈ ਕਹਿੰਦੇ ਸਾਡਾ ਸਾਰਾ ਟਰੈਕਟਰ ਇਸ ਟਰੈਕਟਰ ਤੋਂ ਹੀ ਕੰਮ ਕਰ ਵਧੇ ਆ, ਅਸੀਂ ਸਿਰਫ ਤਿਆਰ ਕਰਾ ਕੇ ਘਰੇ ਖੜਾਉਣਾ ਟਰੈਕਟਰ। ਇਹਦੀ ਸਾਰੀ ਸ਼ੋ ਸ਼ੂ ਨਵੀਂ ਆਪਾਂ ਲਾਉਣੀ ਆ, ਮਰਗਾਟ ਨਵੇਂ ਲਾਉਣੇ ਆ, ਟਰੈਕਟਰ ਪੇਂਟ ਹੋਊਗਾ। ਆਹ ਹਾਲਤ ਤੁਹਾਨੂੰ ਪਹਿਲਾਂ ਦਿਖਾ ਦਾਂ ਟਰੈਕਟਰ ਦੀ ਕੀ ਆ, ਅਤੇ ਇਹਨੂੰ ਬਾਅਦ 'ਚੋਂ ਤਿਆਰ ਕਰਕੇ ਵੀ ਦਿਖਾਵਾਂਗੇ ਤੁਹਾਨੂੰ, ਸਾਰਾ ਰੀਸਟੋਰ ਹੋਊਗਾ ਜਦੋਂ ਟਰੈਕਟਰ ਸਾਰਾ। ਇਹ ਟਰੈਕਟਰ ਦੀ ਪਹਿਲਾਂ ਹਾਲਤ ਦੇਖ ਲਓ, ਅਮਰ ਸ਼ੋ ਟੁੱਟੀ ਪਈ ਆ, ਮਰਗਾਟ ਖਤਮ ਆ, ਇੰਜਣ ਉਂਜਣ ਦਾ ਸਭ ਇਹਦਾ ਜਦੋਂ ਕੰਮ ਹੋਇਆ, ਰਿਮ ਵਗੈਰਾ ਇਹਦੇ ਬਦਲਣੇ ਆ, ਪੇਂਟ ਹੋਊਗਾ ਇਹ ਸਾਰਾ ਟਰੈਕਟਰ। ਬਾਈ ਕਹਿੰਦੇ ਅਸੀਂ ਆਪਣਾ ਟਰੈਕਟਰ ਪਹਿਲਾ ਟਰੈਕਟਰ ਜਿੱਥੋਂ ਅਸੀਂ ਕਮਾਈ ਕਰੀ ਆ, ਇਹ ਟਰੈਕਟਰ ਬਾਈ ਇਹੀ ਕਹਿੰਦੇ ਤਿਆਰ ਕਰਾ ਕੇ ਘਰ ਖੜਾਉਣਾ ਸਿਰਫ ਇਹਨੂੰ, ਵੀ ਸਾਡੇ ਵਾਸਤੇ ਲੱਕੀ ਟਰੈਕਟਰ ਇਹ। ਸਾਰਾ ਟਰੈਕਟਰ ਆਪਾਂ ਜਦੋਂ ਤਿਆਰ ਕਰ ਲਿਆ ਤੁਹਾਨੂੰ ਸਾਰਾ ਫਿਰ ਇਹ ਦਿਖਾਵਾਂਗੇ ਇਹਦਾ ਰੰਗ ਰੂਪ। ਅਤੇ ਬਾਕੀ ਆਪਣਾ ਫੋਰਡ ਵੀ ਪੇਂਟ 'ਤੇ ਲੱਗ ਗਿਆ, ਉਹ ਵੀ ਤੁਹਾਨੂੰ ਜਦੋਂ ਪੇਂਟ ਹੋ ਗਿਆ ਟਰੈਕਟਰ ਦੀ, ਉਹਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਭਾਅ ਜੀ। ਇਹ ਵੀ ਜਦੋਂ ਤਿਆਰ ਹੋ ਗਿਆ ਉਹ ਵੀ ਤੁਹਾਨੂੰ ਸਾਰਾ ਟਰੈਕਟਰ ਦਿਖਾਵਾਂਗੇ। ਅਤੇ ਇਸ ਤਰ੍ਹਾਂ ਹੀ ਚੈਨਲ ਸਬਸਕ੍ਰਾਈਬ ਰੱਖੋ, ਸਾਥ ਦਿੰਦੇ ਰਿਹਾ ਕਰੋ ਭਰਾ। ਧੰਨਵਾਦ ਜੀ।